ਸ਼ੇਸ਼ੀਕਰ ਪ੍ਰੋਗਰਾਮ ਨਮੀ ਕਿਰਨ ਵਿੱਚ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅਸੀਂ ਕੱਲ ਗੱਲ ਕਰ ਰਹੇ ਸੀਗੇ ਪੋਜ਼ਿਟਿਵਿਟੀ ਤੇ ਕਿ ਜਿੰਨਾ ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਾਂਗੇ ਆਪਣੀ ਸੋਚ ਪੋਜ਼ਿਟਿਵ ਰੱਖਾਂਗੇ ਉਹ ਸਾਡੀ ਪੋਜ਼ਿਟਿਵ ਸੋਚ ਸਾਨੂੰ ਬਹੁਤ ਉੱਪਰ ਤੱਕ ਸਾਨੂੰ ਬਹੁਤ ਉਚਾਈਆਂ ਤੱਕ ਲੈ ਕੇ ਜਾਏਗੀ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਮੌਜੂਦ ਨੇ ਬ੍ਰਹਮਾ ਕੁਮਾਰੀ ਪੈਨ ਕਰਮਜੀਤ ਜੀ ਸਤਿ ਸ਼੍ਰੀ ਅਕਾਲ ਸਿਸਟਰ ਕਰਮਜੀਤ ਜੀ ਸਤਿ ਸ਼੍ਰੀ ਅਕਾਲ ਤੇ ਸਿਸਟਰ ਕਰਮਜੀਤ ਜਿਵੇਂ ਅਸੀਂ ਕੱਲ ਗੱਲ ਕਰ ਰਹੇ ਸੀਗੇ ਪੋਜ਼ਿਟਿਵਿਟੀ ਤੇ ਕੀ ਸਾਡੀ ਸੋਚ ਪੋਜ਼ਿਟਿਵ ਹੋਣੀ ਚਾਹੀਦੀ ਹੈ ਸਾਡੀ ਸੋਚ ਜਿਹੜੀ ਹੈ ਬਹੁਤ ਉੱਚੀ ਹੋਣੀ ਚਾਹੀਦੀ ਹੈ ਅਸੀਂ ਸਵੇਰ ਉੱਠਦੇ ਹੀ ਜਦੋਂ ਭਗਵਾਨ ਨੂੰ ਯਾਦ ਕਰਦੇ ਹਾਂ ਤਾਂ ਇੱਕ ਸਾਡਾ ਪੋਜ਼ਿਟਿਵਿਟੀ ਵੱਲ ਉਹ ਪਹਿਲਾ ਸਟੈਪ ਹੁੰਦਾ ਹੈ ਪਰ ਜਿਵੇਂ ਅੱਜ ਆਪਾਂ ਆਪਣੇ ਬਾਹਰ ਦਾ ਵੀ ਵਾਤਾਵਰਣ ਦੇਖਦੇ ਹਾਂ এনवायरमेंट ਵੱਲ ਦੇਖਦੇ ਹਾਂ ਕਿ ਬਹੁਤ ਕੁਝ ਗਲਤ ਹੋ ਰਿਹਾ ਹੈ ਨਿਊਜ਼ ਰੋਜ਼ ਸਾਨੂੰ ਗਲਤ ਮਿਲਦੀਆਂ ਨੇ ਜਾਂ ਸਾਡੇ ਦਿਮਾਗ ਵਿੱਚ ਵੀ ਉਹ ਅੰਦਰ ਤੱਕ ਕਿਤੇ ਘਰ ਘਰ ਜਾਂਦੀਆਂ ਨੇ ਉਹ ਨਾ ਚਾਹਦੇ ਹੋਏ ਵੀ ਸਾਡੀ ਜਿਹੜੀ ਸੋਚ ਹੈ ਉਹ ਕਿੰਨਾ ਕਿਤੇ 네ਗੇਟਿਵ ਇਹ ਕਹਿ ਲੋ ਕਿ ਪੋਜ਼ਿਟਿਵਿਟੀ ਤੋਂ ਦੂਰ ਹੋ ਜਾਂਦੀ ਹੈ ਕਿਵੇਂ ਅਸੀਂ ਆਪਣੀ ਸੋਚ ਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਜਾਣਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਵਿਸਤਾਰ ਨਾਲ ਦੱਸੋ ਅਮ ਤੁਸੀਂ ਬਾਤ ਸੋਨੀ ਗੱਲ ਕਹੀ ਕਿ ਜ਼ਿੰਦਗੀ ਚ ਚਲਦੇ ਆ ਇਦਾਂ ਦੇ ਬੜੇ ਮੋੜ ਆਦੇ ਨੇ ਹਾਦਸੇ ਵੀ ਹੁੰਦੇ ਨੇ ਹਾਦਸੇ ਹੁੰਦੇ ਆ ਮੋੜ ਆਉਂਦੇ ਆ ਵੀ ਤੁਸੀਂ ਆਪਣੇ ਆਪ ਨੂੰ ਚਾਹੇ ਜੰਨਾ ਮਰਜ਼ੀ ਸਮਝਾ ਕੇ ਰੱਖੋ ਕਿ ਮੈਂ ਤਾਂ ਪੋਜ਼ਿਟਿਵ ਹੀ ਰਹਿਣਾ ਹਾਂ ਜਾਂ ਮੈਂ ਤਾਂ ਐਸਾ ਐਸਾ ਬੰਦਾ ਆ ਕਿ ਆਪਟੀਮਿਸਟਿਕ ਹੀ ਆ ਹਰ ਚੀਜ਼ ਦੇ ਵਿੱਚ ਮੈਂ ਪੋਜ਼ਿਟਿਵਿਟੀ ਹੀ ਲੱਭਣੀ ਹੈ ਪੋਜ਼ਿਟਿਵ ਨਜ਼ਰੀਆ ਰੱਖਣਾ ਹੈ ਲੇਕਿਨ ਤਾਂ ਵੀ ਹੁੰਦਾ ਹੈ ਕਿ ਇਹ ਨਾ ਚਾਹੁੰਦੇ ਆ ਬੰਦਾ 네ਗੇਟਿਵ ਹੋ ਜਾਂਦਾ ਹੈ ਉਹਦੇ ਪਿੱਛੇ ਇੱਕ ਕਾਰਨ ਹੈ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਜੇ ਤੁਹਾਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਨਾ ਐ ਰਾ ਚਲਦੇ ਆ ਅੱਜਕੱਲ ਮਤਲਬ ਜਿਹੜੀ ਬੜੀ ਫ੍ਰੀ ਦੀ ਚੀਜ਼ ਹੈ ਉਹ ਕਿਸੇ ਦੀ ਵੀ ਤੁਹੇ ਚਲਦੇ ਆ ਇਨਫੋਰਮੇਸ਼ਨ ਤੇ ਇੱਕ ਸੁਝਾਅ ਐਡਵਾਈਸ ਜਿੱਤੋਂ ਮਰਜ਼ੀ ਲੈ ਲਓ ਤੁਰਿਆਂ ਜਾਂਦੇ ਤੁਹਾਨੂੰ ਕੋਈ ਲੋਗ ਐਡਵਾਈਸ ਕਰਕੇ ਚਲੇ ਜਾਂਦੇ ਨੇ ਐਦਾਂ ਨਹੀਂ ਇਹ ਕੰਮ ਐਦਾਂ ਕਰੋ ਤੁਸੀਂ ਆਪਣੇ ਤਰ੍ਹਾਂ ਦੇ ਤਰੀਕੇ ਨਾਲ ਬੜਾ ਅੱਛਾ ਕਰ ਰਹੇ ਹੋ ਆਪਣੇ ਸੂਝ-ਬੂਝ ਦੇ ਨਾਲ ਤੁਹਾਨੂੰ ਪਤਾ ਹੈ ਕਿ ਇਸ ਤਰੀਕੇ ਨਾਲ ਹੀ ਹੋਣਾ ਹੈ ਲੇਕਿਨ ਫਿਰ ਵੀ ਤੁਹਾਨੂੰ ਦੇਖ ਕੇ ਕੋਈ ਦੂਸਰਾ ਬੰਦਾ ਕਹੇਗਾ ਨਹੀਂ ਨਹੀਂ ਪਹਿਲਾਂ ਐਦਾਂ ਹੋਇਆ ਸੀ ਤੁਸੀਂ ਐਵੇਂ ਨਹੀਂ ਐਵੇਂ ਕਰੋ ਐਡਵਾਈਸ ਮਿਲ ਗਈ ਬਿਲਕੁਲ ਹੁਣ ਤੁਸੀਂ ਬਿਮਾਰ ਵੀ ਹੋਗੇ ਤਾਂ ਵੀ ਬੜੇ ਲੋਗ ਤੁਹਾਨੂੰ ਇੱਕ ਘਰੇਲੂ ਇਲਾਜ ਵੀ ਬੜੀ ਤਰੀਕਾ ਦੱਸਦੇ ਨੇ ਆਪਣੇ ਆਪ ਨੇ ਕਿ ਹਰ ਇੱਕ ਦਾ ਆਪਣਾ ਅਨੁਭਵ ਹੈ ਅਨੁਭਵ ਹਰੇਕ ਦਾ ਆਪਣਾ ਆਪਣਾ ਐਕਸਪੀਰੀਅੰਸ ਹੋਇਆ ਹੁੰਦਾ ਉਹ ਉਹਨਾਂ ਨੂੰ ਹੀ ਸਾਡੇ ਉੱਪਰ ਐਕਸਪੈਰੀਮੈਂਟ ਕਰਨਾ ਸ਼ੁਰੂ ਕਰ ਦਿੰਦੇ ਨੇ ਹੁਣ ਉੱਥੋਂ ਸਾਨੂੰ ਕੀ ਮਿਲਿਆ ਇਨਫੋਰਮੇਸ਼ਨ ਮਿਲ ਗਈ ਇੱਕ ਹੁਣ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਡੀ ਜਿਹੜੀ ਮਨ ਹੈ ਉਹ ਸੀਡੀ 'ਚ ਰਿਕਾਰਡ ਹੋ ਗਈ ਫੀਡ ਹੋ ਗਈ ਉੱਥੇ ਹੀ ਰਿਕਾਰਡ ਹੋ ਜਾਂਦੀ ਹੈ ਪਰਮਨੈਂਟ ਹੁਣ ਜਦੋਂ ਨੈਕਸਟ ਟਾਈਮ ਕੋਈ ਵੀ ਐਸੀ ਇਨਸੀਡੈਂਟ ਜਾਂ ਕੋਈ ਵੀ ਐਸਾ ਮੋੜ ਸਾਡੀ ਆਪਣੀ ਲਾਈਫ ਚ ਆਂਦਾ ਹੈ ਉਸ ਟਾਈਮ ਤੇ ਉਹ ਜਿਹੜੀ ਰਿਕਾਰਡਡ ਸੀਡੀ ਹੈ ਨਾ ਉਹ ਇਨਫੋਰਮੇਸ਼ਨ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਐਂਡ ਸਾਡਾ ਜਿਹੜਾ ਮਾਈਂਡ ਹੈ ਅਗਰ ਉਹ ਇਨਫੋਰਮੇਸ਼ਨ ਨੈਗੇਟਿਵ ਸੀ ਤਾਂ ਸਹੀ ਸਾਡੇ ਸੋਚ ਸਾਡੇ ਜਿਹੜੀ ਉਹ ਸਬਕੌਂਸ਼ੀਅਸ ਮਾਈਂਡ ਤੋਂ ਬਹੁਤ ਡੀਪ ਤੱਕ ਉਹ ਕਿਤੇ ਸੋਚ ਕਰ ਕਰ ਜਾਂਦੀ ਹੈ ਹੁਣ ਇਸ ਚੀਜ਼ ਨੂੰ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕੌਂਸ਼ੀਅਸ ਔਰ ਸਬਕੌਂਸ਼ੀਅਸ ਮਾਈਂਡ ਅਸੀਂ ਤੁਸੀਂ ਦੇਖਿਆ ਹੋਏਗਾ ਛੋਟੇ ਬੱਚੇ ਜਾਂ ਕੋਈ ਵੀ ਸਟੂਡੈਂਟ ਡਿਡ ది ਐਸ ਤੋਂ ਪਹਿਲੇ ਕਿ ਤੁਸੀਂ ਸਬਕੌਂਸ਼ੀਅਸ ਕੌਂਸ਼ੀਅਸ ਮਾਈਂਡ ਨੂੰ ਦੱਸੋ ਸਾਡੇ ਦਰਸ਼ਕਾਂ ਨੂੰ ਪਹਿਲੇ ਕੌਂਸ਼ੀਅਸ ਮਾਈਂਡ ਤੇ ਸਬਕੌਂਸ਼ੀਅਸ ਮਾਈਂਡ ਹੁੰਦਾ ਕੀ ਹੈ ਇਸ ਬਾਰੇ ਦੱਸੋ ਹਾਂ ਮੈਂ ਉਹ ਹੀ ਦੱਸ ਰਹੀ ਸੀ ਤੁਹਾਨੂੰ ਕਿ ਜਿਵੇਂ ਇੱਕ ਬੱਚਾ ਹੈ ਕਿਸੇ ਯੂਥ ਨੂੰ ਦੇਖੋ ਜਾਂ ਬੱਚਿਆਂ ਨੂੰ ਦੇਖੋ ਜਦੋਂ ਪੜ੍ਹਦੇ ਨੇ ਕਿਸੇ ਵੀ ਕੋਈ ਟਾਪਿਕ ਲੈ ਰਹੇ ਨੇ ਜਾਂ ਬੁੱਕ ਖੋਲ ਕੇ ਬੈਠੇ ਆ ਉਹਨਾਂ ਦਾ ਕੌਂਸ਼ੀਅਸ ਮਾਈਂਡ ਕੀ ਕਰ ਰਿਹਾ ਉਸ ਬੁੱਕ ਨੂੰ ਰੀਡ ਕਰ ਰਿਹਾ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸਬਕੌਂਸ਼ੀਅਸ ਮਾਈਂਡ ਵਿੱਚ ਕੀ ਚੱਲਦਾ ਹੁੰਦਾ ਕਲ ਪੇਪਰ ਹੈ ਯਾ ਥੋੜਾ ਖੇਲਣ ਦਾ ਵੀ ਮਨ ਹੈ ਮੇਰੇ ਫਰੈਂਡਸ ਬਾਅਦ ਜੇ ਫੋਨ ਵੱਜ ਗਿਆ ਤੇ ਮਤਲਬ ਫਰੈਂਡ ਦਾ ਫੋਨ ਆ ਗਿਆ ਵਿਕੀ ਇਸ ਕਾਲਿੰਗ ਓਕੇ ਗਿਆ ਯਾ ਮੇਰਾ ਫਰੈਂਡ ਤਾਂ ਮੈਨੂੰ ਕਾਲ ਕਰ ਰਿਹਾ ਹੈ ਮਤਲਬ ਦਿਮਾਗ ਕਿਤੇ ਹੋਰ ਭਟਕਦਾ ਹੁੰਦਾ ਹੈ ਪਰ ਤੁਸੀਂ ਚਾਹ ਕੁਝ ਹੋਰ ਰਹੇ ਹੁੰਦੇ ਹੋ ਕਰ ਕੁਝ ਹੋ ਰਿਹਾ ਹੋ ਸਾਡਾ ਕੌਨਸ਼ੀਅਸ ਮਾਈਂਡ ਤਾਂ ਉਹ ਕੰਮ ਕਰ ਰਿਹਾ ਹੈ ਲੇਕਿਨ ਜਿਹੜਾ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਿਹੜੀ ਅੰਦਰ ਗੱਲ ਚੱਲ ਰਹੀ ਹੈ ਨਾ ਉਹ ਇੰਨੀ ਪਾਵਰਫੁਲ ਹੁੰਦੀ ਹੈ ਕਿ ਉਹਦੇ ਕਰਕੇ ਜਿਹੜਾ ਕੌਨਸ਼ੀਅਸ ਮਾਈਂਡ ਰੀਡ ਕਰ ਰਿਹਾ ਉਹ ਰੀਡ ਕੀਤਾ ਵੀ ਸਮਝ ਨਹੀਂ ਆਂਦਾ ਭੁੱਲ ਜਾਂਦਾ ਹੈ ਫਿਰ ਜਦੋਂ ਐਗਜ਼ਾਮ ਵਿੱਚ ਬੱਚਾ ਬੈਠਦਾ ਹੈ ਉਹਨੂੰ ਲੱਗਦਾ ਹੈ ਮੈਂ ਸਭ ਯਾਦ ਆ ਤਾ ਸਾਰਾ ਕੁਝ ਕੀਤਾ ਸੀ ਪਰ ਮੈਂ ਭੁੱਲ ਗਿਆ ਸੋ ਇਹ ਡਿਫਰੈਂਸ ਹੈ ਸਾਡੀ ਸੋਚ ਦੇ ਵਿੱਚ ਕਿ ਜੋ ਅਸੀਂ ਕਰ ਰਹੇ ਹੁੰਦੇ ਆ ਅਸੀਂ ਪ੍ਰੈਕਟੀਕਲੀ ਉਸੇ ਟਾਈਮ ਪ੍ਰੈਜ਼ੈਂਟ ਵਿੱਚ ਉੱਥੇ ਹੁੰਦੇ ਹੀ ਨਹੀਂ ਕਰ ਕੁਝ ਹੋ ਰਿਹਾ ਹੈ ਔਰ ਹੋ ਕੁਝ ਹੋ ਰਿਹਾ ਹੁੰਦਾ ਹੈ ਅੰਦਰ ਸੋਚ ਕੋਈ ਹੋਰ ਚੱਲ ਰਹੀ ਹੁੰਦੀ ਹੈ ਮਤਲਬ ਸਬਕੌਂਸ਼ੀਅਸ ਮਾਈਂਡ ਤੇ ਕੌਂਸ਼ੀਅਸ ਮਾਈਂਡ ਨੂੰ ਅਗਰ ਅਪਾ ਡਿਫਾਈਨ ਕਰੀਏ ਤਾਂ ਇੱਕ ਜਿਹੜੀ ਸਾਡੀ ਇੰਟਰਨਲ ਲੇਅਰ ਤੱਕ ਜਿਹੜੀ ਕੋਈ ਵੀ ਗੱਲ ਪਹੁੰਚ ਗਈ ਹੈਗੀ ਹੈ ਉਹ ਚੀਜ਼ ਹੈ ਔਰ ਇੱਕ ਜਿਸ ਅਸੀਂ ਜੋ ਚੀਜ਼ ਅਸੀਂ ਉੱਪਰ ਉੱਪਰੋਂ ਗੇਨ ਕਰ ਰਹੇ ਹਾਂ ਉਹ ਸਾਡਾ ਜਿਹੜਾ ਕੌਂਸ਼ੀਅਸ ਮਾਈਂਡ ਹੈ ਜੀ ਬਿਲਕੁਲ ਤੇ ਕਿਵੇਂ ਅਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਵੀ ਜਗਾਈਏ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਅ ਦੇਖੋ ਜੇ ਸਬਕੌਂਸ਼ੀਅਸ ਮਾਈਂਡ ਨੂੰ ਜਗਾਉਣ ਵਾਲੀ ਗੱਲ ਹੀ ਜਾਗਿਆ ਤੋਂ ਜ਼ਿਆਦਾ ਹੋਇਆ ਜੀ ਕੌਨਸ਼ੀਅਸ ਮਾਈਂਡ ਨਾਲੋਂ ਜ਼ਿਆਦਾ ਜਾਗਿਆ ਹੋਇਆ ਹੋਇਆ ਕਿਉਂਕਿ ਜਿਹੜੀ ਉਹਦੇ ਵਿੱਚ ਗੱਲ ਚਲੀ ਗਈ ਨਾ ਉਹ ਕੌਨਸ਼ੀਅਸ ਮਾਈਂਡ ਦੇ ਵਿੱਚ ਵੀ ਉਹ ਕਰ ਨਹੀਂ ਕਰ ਰਹੀ ਕੌਨਸ਼ੀਅਸਮੈਂਟ ਕੁਝ ਹੋਰ ਸੋਚ ਰਿਹਾ ਹੈ ਸਬਕੌਨਸ਼ੀਅਸ ਮਾਈਂਡ ਕੁਝ ਹੋਰ ਸੋਚ ਰਿਹਾ ਹੈ ਹਮਮ ਹਮ ਉਹਨਾਂ ਗੱਲਾਂ ਤੇ ਆ ਜਾਂਦੀ ਹੈ ਕਿ ਸਾਡੇ ਮਨ ਦੀ ਸ਼ਕਤੀ ਨੂੰ ਅਸੀਂ ਪਹਿਚਾਨੀਏ ਕਿ ਕਿਸ ਤਰ੍ਹਾਂ ਜਦੋਂ ਇਹ ਪ੍ਰੋਸੈਸ ਸਮਝ ਆ ਜਾਏਗਾ ਕਿ ਜੋ ਅਸੀਂ ਸੋਚ ਰਹੇ ਆ ਸਾਡੀ ਜ਼ਿੰਦਗੀ ਦੇ ਵਿੱਚ ਉਹੀ ਵਾਸਤਵਿਕ ਜੋ ਹੋ ਰਿਹਾ ਹੈ ਅਸਲ ਵਿੱਚ ਜੋ ਹੋ ਰਿਹਾ ਹੈ ਉਹ ਅਸਲੀਅਤ ਬੰਦੀ ਜਾ ਰਹੀ ਹੈ ਉਹ रियलिटी बनदी जा रही है इस mm -hmm. चीज को समझना बहुत जरूरी है mm -hmm. जमे एक यूथ ਨੂੰ ਲੈ ਲੋ ਜਾਂ ਛੋਟੇ ਬੱਚੇ ਨੂੰ ਲੈ ਲੋ ਉਹਦੇ ਮਨ ਵਿੱਚ ਪਹਿਲਾਂ ਹੀ ਹੁੰਦਾ ਮੈਂ ਵੱਡਾ ਕੋ ਡਾਕਟਰ ਬਣਨਾ ਐਨ ਅਲਟੀਮੇਟਲੀ ਉਹ ਬਣ ਜਾਂਦਾ ਕਿਉਂ ਉਹ ਡੇ ਬਾਈ ਡੇ ਹਰ ਰੋਜ਼ ਆਪਣੇ ਆਪ ਨੂੰ بار 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 ਉਸ ਫ੍ਰੀਕੁਐਂਸੀ ਤੇ ਆਪਣੇ ਆਪ ਨੂੰ ਲੈ ਕੇ ਜਾ ਰਿਹਾ ਮੈਂ ਡਾਕਟਰ ਉਹ ਆਪਣੇ ਆਪ ਨੂੰ ਦੇਖ ਰਿਹਾ ਕਿ ਮੈਂ ਵੱਡੇ ਹੋ ਕੇ ਵਾਈਟ ਕੋਟ ਪਾਇਆ ਹੋਇਆ ਗਲੇ ਵਿੱਚ ਸਥੈਥੋਸਕੋਪ ਪਾਇਆ ਹੋਇਆ ਉਹ ਆਪਣੇ ਆਪ ਨੂੰ ਉਹ ਵਿਜ਼ੂਅਲਾਈਜ਼ ਕਰਕੇ ਉਹ ਦੇਖ ਰਿਹਾ ਉਹ ਚੀਜ਼ ਜਿਹੜੀ ਪਾਵਰ ਹੈ ਵਿਜ਼ੂਅਲਾਈਜੇਸ਼ਨ ਪਾਵਰ ਉਸ ਚੀਜ਼ ਨੂੰ ਸਮਝਣਾ ਔਰ ਇਹ ਦੇਖਣਾ ਕਿ ਮੈਂ ਸੋਚਿਆ ਹੋ ਗਿਆ ਕਿਵੇਂ ਹੋ ਗਿਆ ਇਹ ਵਿਜ਼ੂਅਲਾਈਜੇਸ਼ਨ ਪਾਵਰ ਨੂੰ ਤੁਸੀਂ ਕਿਵੇਂ ਡਿਫਾਈਨ ਕਰੋਗੇ ਕੀ ਮਤਲਬ ਵਿਜ਼ੂਅਲ ਜੋ ਉਹ ਐਗਜ਼ਾਮਸ ਵਿੱਚ ਕੀ ਆਉਂਦਾ ਹੈ ਕਿਵੇਂ ਕਰਨਾ ਚਾਹੀਦਾ ਹੈ ਇਸ ਬਾਰੇ ਦੱਸੋ ਜਿਵੇਂ ਤੁਹਾਨੂੰ ਮੈਂ ਕਵਾਂ ਸੀ ਸੇਪ ਦੇਖੋ ਸੇਪ ਤਾਂ ਇੱਥੇ ਨਹੀਂ ਹੈ ਜੀ ਸੇਪ ਦੇਖ ਲਿਆ ਮਨ ਵਿੱਚ ਦੇਖ ਲਿਆ ਮਨ ਵਿੱਚ ਦੇਖ ਲਿਆ ਉਹ ਹੈ ਸਾਡੀ ਵਿਜ਼ੂਅਲਾਈਜ਼ੇਸ਼ਨ ਪਾਵਰ ਦੇਖਣ ਦੀ ਸ਼ਕਤੀ ਜਿਹੜਾ ਸਾਡਾ ਮਨ ਹੈ ਉਹਦੇ ਅੰਦਰ ਜੋ ਸਬਕੌਂਸ਼ੀਅਸ ਮਾਈਂਡ ਹੈ ਉਹ ਦੇਖ ਰਿਹਾ ਅਸੀਂ ਬੋਲ ਰਹੇ ਹਾਂ ਗੱਲ ਕਰ ਰਹੇ ਹਾਂ ਲਿਖ ਰਹੇ ਹਾਂ ਨਾਲ-ਨਾਲ ਉਹਦੀ ਪਿਕਚਰ ਬਣਦੀ ਜਾ ਰਹੀ ਹੈ ਉਹ ਜਿਹੜੀ ਪਿਕਚਰ ਬਣਦੀ ਜਾ ਰਹੀ ਹੈ ਨੂੰ ਅਸੀਂ ਕਹਿੰਦੇ ਹਾਂ ਵਿਜ਼ੂਅਲਾਈਜ਼ੇਸ਼ਨ ਪਾਵਰ ਜਿਵੇਂ ਤੁਹਾਨੂੰ ਮੈਂ ਕਹਾਂ ਤੁਸੀ ਇੱਥੇ ਬੈਠੇ ਆਪਣੇ ਘਰ ਨੂੰ ਦੇਖੋ ਕਰਤਾ ਇੱਥੇ ਨਹੀਂ ਹੈ ਤੁਸੀਂ ਇੱਥੇ ਬੈਠੇ ਆਪਣੇ ਘਰ ਤੋਂ ਬਹੁਤ ਦੂਰ ਹੋ ਤੁਸੀਂ ਇਹ ਘਰ ਆਪਣਾ ਦੇਖ ਲਿਆ ਇਹਨੂੰ ਕਹਿੰਦੇ ਵਿਜ਼ੂਅਲਾਈਜੇਸ਼ਨ ਪਾਵਰ ਇਹ ਵਿਜ਼ੂਅਲਾਈਜੇਸ਼ਨ ਪਾਵਰ ਵਿੱਚ ਕਿੰਨੀ ਪਾਵਰ ਹੈ ਕਿੰਨੀ ਸ਼ਕਤੀ ਹੈ ਸਾਨੂੰ ਕਿੱਥੋਂ ਤੱਕ ਲੈ ਕੇ ਜਾਂਦੀ ਹੈ ਉਹ ਹੀ ਚੀਜ਼ ਆਪਾਂ ਡਿਸਕਸ ਕਰ ਰਹੇ ਸੀ ਮੈਂ ਮਨ ਦੇ ਵਿੱਚ ਇੱਕ ਥਾਟ ਲਿਆ ਹਮ ਅਗਰ ਅੱਛਾ ਥਾਟ ਹੈ ਤਾਂ ਉਹਦੇ ਨਾਲ ਮੇਰੀ ਅੱਛੀ ਫੀਲਿੰਗ ਜਨਰੇਟ ਹੋਏਗੀ ਜੇ ਮੈਂ ਕਹਾਂ ਗੁਲਾਬ ਦੇ ਫੁੱਲ ਗੁਲਾਬ ਦੇ ਫੁੱਲ ਬਹੁਤ ਸੋਹਣੇ ਹਨ गुलाब ਦਾ ਫੁੱਲ ਸੋਨਾ ਹੈ ਇੰਨੇ ਕਹਿਣ ਨਾਲ আর ਸੁਣਨ ਨਾਲ ਅੰਦਰ ਫੀਲਿੰਗ ਕਿਹੜੀ ਜਨਰੇਟ ਹੋਈ ਸੋਨਪਣ اچھا ਇੱਕ ਫੀਲਿੰਗ ਅੱਛੀ ਜਨਰੇਟ ਹੋਈ ਵਧੀਆ ਫੀਲਿੰਗ ਦੇ ਨਾਲ ਮੇਰਾ ਐਟੀਟਿਊਡ ਕੀ ਬਣ ਗਿਆ ਮੇਰਾ ਵਿਵਹਾਰ ਜੋ ਮੇਰਾ ਐਟੀਟਿਊਡ ਹੈ ਮੇਰਾ ਵਿਵਹਾਰ ਰਹੇਗਾ ਫੁੱਲਾਂ ਦੇ ਪ੍ਰਤੀ ਉਹ ਕਿਹੜਾ ਰਹੇਗਾ ਪੋਜ਼ਿਟਿਵ ਹਮੇਸ਼ਾ ਅੱਛਾ ਹਮੇਸ਼ਾ ਪੋਜ਼ਿਟਿਵ ਕਿ ਫੁੱਲਾਂ ਨੂੰ ਦੇਖ ਕੇ ਮੇਰਾ ਮਨ ਮੇਰਾ ਚਿਹਰਾ ਵੀ ਖਿੜ ਜਾਂਦਾ ਅਸੀਂ ਖਿੜ ਜਾਂਦੇ ਹਾਂ ਮੁਸਕੁਰਾਂਦੇ ਹਾਂ ਔਰ ਉਸੇ ਚੀਜ਼ ਨੂੰ ਲੈ ਕੇ ਸਾਡੀ ਐਟੀਟਿਊਡ ਸਾਡਾ ਪਹਿਲਾ ਥਾਟ ਸੀਗਾ ਇੱਕ ਵਿਚਾਰ ਸੀ ਸਿਰਫ ਛੋਟਾ ਜਿਹਾ ਵਿਚਾਰ ਉਹਨੇ ਸਾਡੇ ਅੰਦਰ ਇੱਕ ਫੀਲਿੰਗ ਜਨਰੇਟ ਕਰਤੀ ਜਦੋਂ ਅਸੀਂ ਕਹਿੰਦੇ ਨਾ ਮੇਰੀਆਂ ਫੀਲਿੰਗਸ ਨਹੀਂ ਕੋਈ ਸਮਝਦਾ ਉਹ ਫੀਲਿੰਗਸ ਕਿੱਥੋਂ ਜਨਰੇਟ ਹੋਈਆਂ ਵਿਚਾਰ ਤੋਂ ਵਿਚਾਰ ਵਿਚਾਰ ਤੋਂ ਫੀਲਿੰਗ ਆਈ ਫੀਲਿੰਗ ਤੋਂ ਉਹ ਐਟੀਟਿਊਡ ਬਣਿਆ ਐਟੀਟਿਊਡ ਤੋਂ ਬਣਿਆ ਐਕਸ਼ਨ ਜਦੋਂ ਸਾਡੇ ਵਿਵਹਾਰ 'ਚ ਹੀ ਆ ਗਿਆ ਤਾਂ ਅਸੀਂ ਉਹ ਕਰਮ ਕਰਨਾ ਸ਼ੁਰੂ ਕਰਦੇ ਆ ਕਿ ਕਰਮ ਕਰਨਾ ਸ਼ੁਰੂ ਕੀਤਾ ਦਿਲ ਕਰਦਾ ਕਿ ਜਾ ਕੇ ਬਗੀਚੇ ਚੋਂ ਗੁਲਾਬ ਦਾ ਫੁੱਲ ਤੋੜ ਕੇ ਲੈ ਆਈਏ। ਉਹ ਸਾਡਾ ਕਰਮ ਦੇ ਵਿੱਚ ਆ ਗਿਆ। ਔਰ ਇਹੀ ਸਾਡੀ ਬਣ ਜਾਂਦੀ ਹੈ ਪਰਸਨੈਲਿਟੀ। ਹੁਣ ਸਾਰੇ ਦਿਨ ਦੀ ਐਸੀ ਪਰਸਨੈਲਿਟੀ ਨੂੰ ਅਸੀਂ ਲੈ ਕੇ ਜਗ੍ਹਾ-ਜਗ੍ਹਾ ਜਾਂਦੇ ਹਾਂ। ਕਾਰੋਬਾਰ ਜਾਂਦੇ ਹਾਂ, ਸਕੂਲ ਜਾਂਦੇ ਹਾਂ, ਆਫਿਸ ਜਾਂਦੇ ਹਾਂ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਹਾਂ। ਹੁਣ ਸਾਡੀ ਪਰਸਨੈਲਿਟੀ ਜੋ ਬਣ ਚੁੱਕੀ ਹੈ, ਜੋ ਸਾਡੀ ਸ਼ਖਸੀਅਤ ਹੈ ਬਣ ਗਈ, ਉਹੀ ਸਾਡੀ ਸਾਨੂੰ ਮੰਜ਼ਿਲ ਵੱਲ ਲੈ ਕੇ ਜਾਂਦੀ ਹੈ। ਹੁਣ ਇਹ ਦੇਖੋ ਕਿ ਸਾਡਾ ਥੌਟ ਕਿਹੋ ਜਿਹਾ ਹੈ। ਪੋਜ਼ਿਟਿਵ ਹੋਏਗਾ ਤੇ ਮੰਜ਼ਿਲ ਵੀ ਪੋਜ਼ਿਟਿਵ ਹੋਏਗੀ ਪਰਸਨੈਲਿਟੀ ਸਾਡੀ ਪੋਜ਼ਿਟਿਵ ਹੋਏਗੀ ਅਗਰ ਨੈਗੇਟਿਵ ਹੋਏਗਾ ਤਾਂ ਮੰਜ਼ਿਲ ਵੀ ਨੈਗੇਟਿਵ ਹੋਏਗੀ ਤਾਂ ਇਹ ਸਾਰੇ process ਨੂੰ ਸਮਝਣਾ ਜਦੋਂ ਇਹ ਸਮਝ ਆ ਗਿਆ ਕਿ ਮੇਰੀ ਇੱਕ ਇੱਕ ਸੋਚ ਮੇਰੇ ਸਬਕੌਂਸ਼ੀਅਸ ਮਾਈਂਡ ਦੀ ਜੋ ਪਾਵਰ ਹੈ ਮੇਰੀ ਸੋਚ ਹੀ ਮੰਨੂ ਮੇਰੀ ਮੰਜ਼ਿਲ ਦੇ ਵੱਲ ਲੈ ਕੇ ਜਾ ਰਹੀ ਹੈ ਪਹਿਲੇ ਹੀ ਉਹਨਾਂ ਚੀਜ਼ਾਂ ਤੋਂ ਨਿਕਲ ਚੁੱਕੇ ਹੁੰਦੇ ਨੇ ਜੋ ਉਹਨਾਂ ਨੂੰ ਟੈਨਸ਼ਨ ਵੱਲ ਲੈ ਕੇ ਜਾਂਦੀਆਂ ਨੇ ਮਤਲਬ ਟੈਨਸ਼ਨ ਤੋਂ ਪਹਿਲੇ ਹੀ ਉਹ ਮੁਕਤ ਰੱਖਦੇ ਨੇ ਆਪਣੇ ਆਪ ਨੂੰ ਭਰੇ ਰੱਖਦੇ ਨੇ ਨਹੀਂ ਤਾਂ ਟੈਨਸ਼ਨ ਹੋ ਜਾਂਦੀ ਹੈ ਬੱਚੇ ਨੇ ਸਕੂਲ ਜਾਣਾ ਹੈ ਕਾਲਜ ਜਾਣਾ ਹੈ ਕੋਈ ਐਗਜ਼ਾਮ ਹੈ ਜਾਂ ਕੋਈ ਪਲੇਅਰ ਹੈ ਫੀਲਡ ਵਿੱਚ ਉਤਰਨ ਤੋਂ ਪਹਿਲਾਂ ਹੀ ਅਗਰ ਉਹ ਟੈਂਸਡ ਹੋ ਜਾਏਗਾ ਹਾਈ ਪਤਾ ਨਹੀਂ ਕੀ ਹੋਏਗਾ ਜਿੱਤਾਂਗੇ ਜਾਂ ਹਾਰਾਂਗੇ ਜਿੱਥੇ ਇਹ ਵਾਲਾ ਥਾਟ ਆ ਗਿਆ ਨਾ ਤੁਸੀਂ ਸਮਝ ਲਓ ਹਾਰੇ ਹੀ ਪਈਓ ਕਿਉਂਕਿ ਤੁਸੀਂ ਆਪਣੇ ਮਨ ਦੀ ਸ਼ਕਤੀ ਤੇ ਕਾਬੂ ਕਰ ਨਹੀਂ ਪਾਏਗੇ ਜੀ ਤੇ ਹੋਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਟਿਪਸ ਦੇਣਾ ਚਾਹੁੰਦੇ ਹੋ ਥੋੜਾ ਦੱਸੋ ਵਿਜ਼ੂਅਲਾਈਜੇਸ਼ਨ ਬਾਰੇ ਖਾਸ ਤੋ ਵਿਜ਼ੂਅਲਾਈਜੇਸ਼ਨ ਨੂੰ ਅਗਰ ਅਸੀਂ ਹੁਣ ਗੱਲ ਕੀਤੀ ਹੈ ਪਲੇਅਰਸ ਦੀ ਅਗਰ ਇਸ ਨੂੰ ਸਟਡੀ ਵਾ ਲੈ ਕੇ ਆਈਏ ਅਗੇਨ ਸਟਡੀ ਵਾ ਸਟਡੀਆਂ ਵਾਸਤੇ ਵੀ ਸਟੂਡੈਂਟਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਅਸੀਂ ਪੜ ਰਹਾ ਸਾਡਾ ਮਾਈਂਡ ਦਾ ਫੋਕਸ ਵਿਜ਼ੂਅਲਾਈਜੇਸ਼ਨ ਪਾਵਰ ਔਰਸ ਟਾਈਮ ਤੇ ਸਟੱਡੀ ਦੇ ਟਾਈਮ ਤੇ ਪੂਰੀਆਂ ਉਹਨਾਂ ਚੈਪਟਰਸ ਜੋ ਪੜ ਰਹੇ ਹੋ ਜਾਂ ਜੋੜਾ ਵੀ ਕੋਰਸ ਤੁਸੀਂ ਲੈ ਰਹੇ ਹੋ ਉਹਦੇ ਵਿੱਚ ਵਿੱਚ ਹੀ ਤੁਹਾਡਾ ਧਿਆਨ ਹੋਵੇ ਇਹ ਨਹੀਂ ਕਿ ਤੁਸੀਂ ਪੜ ਕੁਝ ਹੋਰ ਰਹੇ ਹੋ ਔਰ ਧਿਆਨ ਵਿੱਚ ਚੱਲ ਰਿਹਾ ਕੋਈ ਪਾਰਟੀ ਚੱਲ ਰਹੀ ਹੈ ਜਾਂ ਤੁਹਾਡਾ ਮੋਬਾਈਲ ਔਰ ਐਨੀਥਿੰਗ else x y z ਕੋਈ ਵੀ ਇਹੋ ਜਿਹੀ ਚੀਜ਼ਾਂ ਚੱਲ ਰਹੀਆਂ ਨੇ ਉਹਨਾਂ ਚੀਜ਼ਾਂ ਨੂੰ ਕਨਸੈਂਟਰੇਸ਼ਨ ਕਰਨਾ ਕਨਸੈਂਟਰੇਟ ਕਰਨਾ ਬਹੁਤ ਜ਼ਰੂਰੀ ਹੈ ਔਰ ਇਸ ਨੂੰ ਹੀ ਅਗਰ ਤੁਸੀਂ ਲੈ ਜਾਂਦੇ ਹੋ ਆਪਣੀ ਫੈਮਿਲੀ ਰਿਲੇਸ਼ਨਸ਼ਿਪਸ ਦੇ ਵਿੱਚ ਫੈਮਿਲੀ ਲਾਈਫ ਹੈ ਤੁਹਾਡੀ ਪ੍ਰੋਫੈਸ਼ਨਲ ਲਾਈਫ ਹੈ ਤੁਸੀਂ ਸਵੇਰੇ ਉੱਠਦੇ ਹੀ ਅਗਰ ਆਪਣੀ ਜ਼ਿੰਦਗੀ ਨੂੰ ਅੱਛੇ ਲੈਵਲ ਤੇ ਇੱਕ ਇਸ ਲੈਵਲ ਤੇ ਸ਼ੁਰੂ ਕੀਤਾ ਹੈ ਕਿ ਬਹੁਤ ਪੋਜ਼ਿਟਿਵ ਹੈ ਜੀ ਤਾਂ ਸਾਰਾ ਦਿਨ ਥੜਾ ਪੋਜ਼ਿਟਿਵ ਚਾਹੀਦਾ ਹੀ ਜਾਏਗਾ ਜੀ ਬਿਲਕੁਲ ਦੀਦੀ ਤੁਸੀਂ ਬੜੀ ਵਧੀਆ ਗੱਲ ਦਸੀਏ ਔਰ ਸਾਡੇ ਦਰਸ਼ਕ ਦਰਸ਼ਕ ਵੀ ਇਹ ਸਭ ਸੁਣ ਕੇ ਜਿਹੜੇ ਆ ਬੜੇ ਖੁਸ਼ ਹੋਣਗੇ ਕਿ ਅਸੀਂ ਜਿੰਨਾ ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਾਂਗੇ ਜਿੰਨਾ ਅਸੀਂ ਆਪਣੇ ਆਪ ਨੂੰ ਜਿਹੜੀ ਸਾਡੀ ਸੋਚ ਵੀ ਉੱਚੀ ਰੱਖਾਂਗੇ ਉਨਾ ਹੀ ਸਾਨੂੰ ਸਕਸੈਸ ਜਿਹੜੀ ਹੈ ਸਾਨੂੰ ਹਰ ਕਦਮ ਤੇ ਮਿਲੇਗੀ ਦੀਦੀ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ-ਵਧੀਆ ਗੱਲਾਂ ਦਸੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਓਮ ਸ਼ਾਂਤੀ ਸਤਿ ਸ਼੍ਰੀ ਅਕਾਲ ਜੀ ਜੀ ਦਰਸ਼ਕੋ ਜਿੰਨਾ ਅਸੀਂ ਆਪਣੀ ਸੋਚ ਨੂੰ اور ਆਪਣੀ ਇੱਕ ਪਾਵਰ ਨੂੰ ਸਮਝ ਕੇ ਕਿ ਜਿੰਨੇ ਅਸੀਂ ਥੋਟ ਪੋਜ਼ਿਟਿਵ ਰੱਖਾਂਗੇ ਉਹ ਔਰ ਉਨੀ ਹੀ ਸਾਨੂੰ ਸਕਸੈਸ ਮਿਲੇਗੀ ਔਰ ਇੱਕ ਅੱਜ ਜਿਹੜੀ ਸਾਨੂੰ ਦੀਦੀ ਨੇ ਇੱਕ ਬਹੁਤ ਵਧੀਆ ਗੱਲ ਕਹੀ ਕਿ ਵਿਜ਼ੂਅਲਾਈਜੇਸ਼ਨ ਪਾਵਰ ਸਾਡੀ ਦੂਰ ਦਰਸ਼ੀ ਸੋਚਣ ਦੀ ਜਿਹੜੀ ਜਿਹੜੀ ਪਾਵਰ ਹੈਗੀ ਉਹਨੂੰ ਸਾਨੂੰ ਬਹੁਤ ਅੱਗੇ ਲੈ ਕੇ ਜਾਂਦੀ ਹੈ ਤੇ ਉਹ ਜਿੰਨਾ ਅਸੀਂ ਆਪਣੀ ਸਕਸੈਸ ਨੂੰ ਜ਼ਿਆਦਾ ਡੀਪਲੀ ਸੋਚਾਂਗੇ ਉਨੇ ਹੀ ਸਾਨੂੰ ਸਕਸੈਸ ਜਿਹੜੀ ਅਚੀਵ ਹੋਏਗੀ ਤੇ ਤੁਸੀਂ ਵੀ ਉਮੀਦ ਕਰਦੇ ਆ ਕਿ ਇਹ ਗੱਲ ਨੂੰ ਜ਼ਰੂਰ ਧਿਆਨ ਚ ਰੱਖੋਗੇ ਔਰ ਅੱਗੇ ਤੋਂ ਆਪਣੀ ਵਿਜ਼ੂਅਲਾਈਜੇਸ਼ਨ ਪਾਵਰ ਨੂੰ ਬਹੁਤ ਵਧਾਓਗੇ ਤੇ ਨਵੀਂ ਕਿਰਨ ਚ ਹੁਣ ਸਾਨੂੰ ਦਿਓ ਇਜਾਜ਼ਤ ਕੱਲ ਇੱਕ ਨਵੇਂ ਟੌਪਿਕ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਓਮ ਸ਼ਾਂਤੀ